ਅੱਜ 6 ਸਤੰਬਰ ਹੈ। ਆਓ ਤੁਹਾਨੂੰ ਇੱਕ ਕਲਮ ਵਾਲੇ ਯੋਧੇ ਨੂੰ ਯਾਦ ਕਰਾਵਾਂ। ਅੱਜ ਦੇ ਦਿਨ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਮਹਾਨ ਸ਼ਹੀਦੀ ਨੂੰ ਆਪਣੇ ਰੰਗਾਂ ਨਾਲ ਸਲਾਮ ਕਰਦਾ ਹਾਂ। ਖਾਲੜਾ ਜੀ ਮਨੁੱਖਤਾ ਦੇ ਸ਼ਹੀਦ ਸਨ। ਮਨੁੱਖੀ ਅਧਿਕਾਰਾਂ ਦੇ ਕਾਰਕੁਨ ਖਾਲੜਾ ਜੀ ਨੇ ਪੁਲਿਸ ਵੱਲੋਂ ਨਾਜਾਇਜ਼ ਮਾਰੇ ਗਏ ਨੌਜਵਾਨਾਂ ਦੀ ਪੜਤਾਲ ਸ਼ੁਰੂ ਕੀਤੀ। ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦਾ ਪਤਾ ਲੱਗਾ ਅਤੇ ਹੌਲੀ ਹੌਲੀ ਲਗਭਗ 25,000 ਕੇਸਾਂ ਦਾ ਪਤਾ ਲਗਾਇਆ। ਕੋਰਟ ਨੇ ਵੀ ਕਈ ਕੇਸਾਂ ਨੂੰ ਮੰਨ ਲਿਆ, ਪਰ ਸਰਕਾਰ ਦੀਆਂ ਅੱਖਾਂ ਵਿੱਚ ਰੜਕਣ ਲੱਗੇ। ਕੈਨੇਡਾ ਗਏ ਅਤੇ ਉੱਥੇ ਜਾ ਕੇ ਸਾਰੀ ਵਿਥਿਆ ਸੁਣਾਈ। ਕਈਆਂ ਨੇ ਸਮਝਾਇਆ ਕਿ ਵਾਪਿਸ ਨਾ ਜਾਇਓ, ਮਾਰ ਦੇਣਗੇ। ਪਰ ਖਾਲੜਾ ਜੀ ਨੇ ਜਵਾਬ ਦਿੱਤਾ ਕਿ ਜਿਨ੍ਹਾਂ ਪਰਿਵਾਰਾਂ ਨੇ ਗਵਾਹੀ ਦੇਣਾ ਮੰਨਿਆ ਹੈ, ਉਹਨਾਂ ਮੇਰੇ 'ਤੇ ਭਰੋਸਾ ਕੀਤਾ ਹੈ, ਮੈਂ ਉਹਨਾਂ ਦੇ ਭਰੋਸੇ ਨੂੰ ਤੋੜ ਨਹੀਂ ਸਕਦਾ। ਵਾਪਿਸ ਆ ਗਏ ਅਤੇ ਅੱਜ ਦੇ ਦਿਨ 6 ਸਤੰਬਰ 1995 ਨੂੰ ਪੁਲਿਸ ਨੇ ਘਰ ਮੂਹਰੋਂ ਚੱਕ ਲਿਆ ਅਤੇ ਉਸੇ ਦਿਨ ਅੰਨਾ ਤਸ਼ੱਦਦ ਕਰਨ ਮਗਰੋਂ ਸ਼ਹੀਦ ਕਰ ਦਿੱਤਾ। ਗੁਰੂ ਦਾ ਸਿੱਖ ਨਾ ਟੁੱਟਿਆ ਨਾ ਝੁਕਿਆ। ਗੁਰਪ੍ਰੀਤ ਆਰਟਿਸਟ ਬਠਿੰਡਾ ਦੀ ਪੇਂਟਿੰਗ 'ਤੇ ਲਿਖਤ। ਮੈਂ ਸਾਹਿਬ ਸਿੰਘ ਪਲੱਸ TV HD ਤੋਂ। ਧੰਨਵਾਦ।